ਡਾਕਟਰ ਸਰੂਪ ਸਿੰਘ ਮਰਵਾਦੀ ਪੁਸਤਕ ਮਾਨਸਿਕ ਤਸਰੀ ਰੱਖੇ 14 ਅਗਲਾ ਵਿਸ਼ਾ ਹੈ ਪਿੱਕ ਚੇਤਾਵਨੀ ਸੰਖੇਪ ਸ਼ਬਦਾਂ ਵਿਚ ਨਿਸਲਤਾ ਰਹੀਂ ਅਸੀਂ ਆਪਣੇ ਸਰੀਰ ਦੇ ਪੱਠਿਆਂ ਨੂੰ ਦੁਬਾਰਾ ਰੀਐਜੂਕੇਟ ਕਰਨਾ ਹੈ ਇਹ ਖਿਚਾਓ ਚ ਰਹਿਣ ਦੀ ਬਜਾਏ ਨਿਸਲ ਹੋ ਕੇ ਆਰਾਮ ਚ ਰਹਿਣਾ ਸਿੱਖ ਜਾਣ ਦੂਜੇ ਸ਼ਬਦਾਂ ਵਿਚ ਭਾਵ ਹੋਇਆ ਕਿ ਸਰੀਰ ਦੇ ਮਸਲਸ ਨੂੰ ਇਹ ਤਾਲੀਮ ਦੇਣਾ ਕਿ ਉਹ ਆਪਣੇ ਆਪ ਨੂੰ ਆਰਾਮ ਚ ਤੇ ਰਿਲੈਕਸ ਰੱਖਣ ਨਿਸਲਤਾ ਅਖਵਾਉਂਦਾ ਹੈ ਚੇਤਾਵਨੀ ਹੈ ਪਹਿਲਾ ਨਿੱਸਲਤਾ ਦੇ ਅਭਿਆਸ ਦੇ ਦੌਰਾਨ ਨਿੱਸਲ ਹੋਣ ਲਈ ਕੋਸ਼ਿਸ਼ ਬਿਲਕੁਲ ਨਾ ਕਰੋ ਜਦੋਂ ਕਿਸੇ ਕੰਮ ਨੂੰ ਕਰਨ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਭਾਵ ਜ਼ੋਰ ਲਗਾਉਂਦੇ ਹਾਂ ਤਾਂ ਸਾਡੇ ਮਸਲ ਹਰਕਤ ਚ ਆਉਂਦੇ ਹੈ ਪੱਠਿਆਂ ਦੀ ਹਰਕਤ ਨਾਲ ਸਰੀਰ ਦੀ ਸ਼ਕਤੀ ਵਿਅਰਥ ਖਰਚ ਹੁੰਦੀ ਹੈ ਸਰੀਰਕ ਸ਼ਕਤੀ ਨੂੰ ਵਿਅਰਥ ਖਰਚ ਹੋਣ ਤੋਂ ਬਚਾਉਣਾ ਹੀ ਦਰਅਸਲ ਨਿੱਸਲਤਾ ਦਾ ਮਕਸਦ ਹੈ ਜਦੋਂ ਤੀਕ ਤੁਹਾਡੇ ਪੱਠੇ ਹਰਕਤ ਵਿੱਚ ਹਨ ਉਦੋਂ ਤੀਕ ਤੁਸੀਂ ਪੂਰੀ ਤਰ੍ਹਾਂ ਨਿੱਸਲ ਨਹੀਂ ਹੋ ਸਕਦੇ ਇਸ ਲਈ ਜ਼ਰੂਰੀ ਹੈ ਨਿੱਸਲ ਹੋਣ ਵਾਸਤੇ ਜ਼ੋਰ ਬਿਲਕੁਲ ਨਾ ਲਾਇਆ ਜਾਏ ਜ਼ੋਰ ਲਗਾਉਣ ਨਾਲ ਖਿਚਾਓ ਵੱਧ ਜਾਂਦਾ ਹੈ ਦੂਸਰਾ ਨਿਸਲਤਾ ਦਾ ਅਭਿਆਸ ਕਰਨ ਸਮੇਂ ਜਿੱਥੇ ਜ਼ੋਰ ਨਹੀਂ ਲਗਾਉਣਾ ਉੱਥੇ ਕਾਲ ਵੀ ਨਹੀਂ ਕਰਨੀ ਕਿਉਂਕਿ ਕਾਲ ਵੀ ਖਿਚਾਓ ਪੈਦਾ ਕਰਦੀ ਹੈ ਤੀਸਰਾ ਨਿਸਲ ਦੇ ਨਿਸਲਤਾ ਦੇ ਅਭਿਆਸ ਬਾਰੇ ਸਭ ਤੋਂ ਜ਼ਰੂਰੀ ਤੇ ਧਿਆਨਯੋਗ ਗੱਲ ਇਹ ਹੈ ਕਿ ਨਿਸਲ ਹੋਣ ਸਮੇਂ ਤੁਹਾਡਾ ਸਰੀਰ ਬਿਲਕੁਲ ساکਨ ਪਾਵ ਮੋਸ਼ਨਲੈਸ ਹੋਣਾ ਚਾਹੀਦਾ ਹੈ ਜਦੋਂ ਸਾਡਾ ਸਰੀਰ ਬਿਲਕੁਲ ਅਹਲ ਪਿਆ ਹੁੰਦਾ ਹੈ ਤੇ ਇਹਦੀ ਸ਼ਕਤੀ ਇਧਰ ਉਧਰ ਫਜ਼ੂਲ ਜਾਇਆ ਨਹੀਂ ਜਾਂਦੀ। ਇਹ ਤੋਂ ਇਲਾਵਾ ਜਦੋਂ ਅਸੀਂ ਰਿਲੈਕਸ ਹੁੰਨੇ ਆਂ ਤਾਂ ਸਾਡੇ ਸਰੀਰ ਅੰਦਰ ਆਪਣੇ ਆਪ ਹੀ ਕੁਦਰਤ ਵੱਲੋਂ ਇੱਕ ਨਵੀਂ ਸ਼ਕਤੀ ਪੈਦਾ ਹੋ ਜਾਂਦੀ ਹੈ ਜਿਹੜੀ ਕਿ ਸਾਡੀ ਸਿਹਤ ਨੂੰ ਕਾਇਮ ਰੱਖਦੀ ਹੈ ਤੇ ਕੰਮ ਕਰਨ ਦੀ ਤਾਕਤ ਨੂੰ ਵਧਾਉਂਦੀ ਹੈ। ਇਹ ਹਨ ਕੁਝ ਕੁ ਜ਼ਰੂਰੀ ਗੱਲਾਂ ਜਿਨ੍ਹਾਂ ਨਾਲ ਜਿਨ੍ਹਾਂ ਵੱਲ ਨਿਸਲਤਾ ਦੀ ਅਭਿਆਸ ਸਮੇਂ ਤੁਹਾਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ। ਇਹਨਾਂ ਵਿੱਚ ਹੀ ਨਿਸਲਤਾ ਦੀ ਕਾਮਯਾਬੀ ਦਾ ਰਾਜ਼ ਹੈ। ਅਭਿਆਸ ਨਾਲ ਅਸੀਂ ਨਿਸਲ ਰਹਿਣਾ ਸਿੱਖ ਜਾਵਾਂਗੇ ਜਦੋਂ ਅਸੀਂ ਖਿਚਾਓ ਵਿੱਚ ਰਹਨੇ ਆ ਕੁਝ ਸਮੇਂ ਪਿਛੋਂ ਸਾਡੇ ਸਰੀਰ ਦੇ ਪੱਠੇ ਖਿਚਾਓ ਵਿੱਚ ਰਹਿਣਾ ਸਿੱਖ ਜਾਂਦੇ ਆ ਇਹਦੇ ਉਲਟ ਜਦੋਂ ਅਸੀਂ ਲਗਾਤਾਰ ਨਿਸਲ ਰਹਨੇ ਆ ਤਾਂ ਕੁਝ ਸਮੇਂ ਪਿਛੋਂ ਸਾਡੇ ਮਸਲਸ ਨਿਸਲ ਰਹਿਣਾ ਸਿੱਖ ਜਾਂਦੇ ਆ ਇਹ ਤੋਂ ਇਹ ਸਿੱਧ ਹੋਇਆ ਕਿ ਨਿਸਲਤਾ ਦਾ ਅਭਿਆਸ ਸਰੀਰ ਨੂੰ ਖਿਚਾਓ ਤੋਂ ਕੱਢ ਕੇ ਨਿਸਲ ਰਹਿਣਾ ਸਿਖਾਉਂਦਾ ਹੈ ਜਦੋਂ ਅਸੀਂ ਨਿਸਲ ਰਹਿਣਾ ਸਿੱਖ ਜਾਂਦੇ ਆ ਤਾਂ ਅਸੀਂ ਬਹੁਤ ਸਾਰੇ ਉਹਨਾਂ ਰੋਗਾਂ ਤੋਂ ਬਚ ਜਾਂਦੇ ਆ ਜਿਹੜੇ ਖਿਚਾਓ ਤੋਂ ਜਾਂ ਟੈਨਸ਼ਨ ਤੋਂ ਪੈਦਾ ਹੁੰਦੇ ਆ ਇਸ ਲਈ ਅਸੀਂ ਇਹ ਗੱਲ ਫੇਰ ਦੁਹਰਾਉਣੀ ਆ ਜੇ ਤੁਸੀਂ ਖਿਚਾਓ ਤੋਂ ਦੇ ਰੋਗਾਂ ਤੋਂ ਬਚਣਾ ਹੈ ਤਾਂ ਨਿਸਲ ਰਹਿਣਾ ਸਿੱਖੋ ਇੱਕ ਸਵਾਲ ਹੈ ਹੁਣ ਤੁਸੀਂ ਇਹ ਸਵਾਲ ਕਰੋਗੇ ਕਿ ਮਨੁੱਖ ਖਿਚਾਓ 'ਚ ਰਹਿਣਾ ਭੁੱਲ ਕਿਵੇਂ ਸਕਦਾ ਹੈ ਇਸ ਸਵਾਲ ਦਾ ਜਵਾਬ ਇਹ ਹੈ ਕਿ ਜਦੋਂ ਤੁਸੀਂ ਨਿਸਲ ਰਹਿਣਾ ਸਿੱਖਦੇ ਹੋ ਇਸੇ ਦੌਰਾਨ ਆਪਣੇ ਆਪ ਹੀ ਤੁਸੀਂ ਖਿਚਾਓ 'ਚ ਰਹਿਣਾ ਭੁੱਲ ਰਹੇ ਹੁੰਦੇ ਹੋ ਕਿਉਂਕਿ ਸਿੱਖਣ ਦੇ ਅਮਲ ਦੇ ਨਾਲ-ਨਾਲ ਭੁੱਲਣ ਦਾ ਅਮਲ ਫਰਗੇਟਿੰਗ ਪ੍ਰੋਸੈਸ ਆਪਣੇ ਆਪ ਹੀ ਚੱਲਦਾ ਰਹਿੰਦਾ ਹੈ ਦੂਜੇ ਸ਼ਬਦਾਂ 'ਚ ਇੰਜ ਕਹਿ ਲਓ ਕਿ ਸਿੱਧੇ ਢੰਗ ਨਾਲ ਨਿਸਲਤਾ ਦਾ ਅਭਿਆਸ ਖਿਚਾਓ ਵਿੱਚ ਰਹਿਣਾ ਭੁਲਾਉਂਦਾ ਹੈ ਸਧਾਰਨ ਅਖਰਾਂ 'ਚ ਇਹ ਸਭ ਕੁਝ ਲਿਖਣ ਦਾ ਨਿਚੋੜ ਹੈ ਨਿਸਲਤਾ ਦਾ ਅਭਿਆਸ ਸਾਡੇ ਸਰੀਰ ਨੂੰ ਕੇਵਲ ਨਿਸਲ ਰਹਿਣਾ ਹੀ ਨਹੀਂ ਸਿਖਾਉਂਦਾ ਬਲਕਿ ਖਿਚਾਓ 'ਚ ਰਹਿਣ ਦੀ ਆਦਤ ਨੂੰ ਵੀ ਤੋੜਦਾ ਹੈ ਨਿਸਲਤਾ ਦੇ ਅਭਿਆਸ ਰਾਹੀਂ ਅਸੀਂ ਆਪਣੀ ਸਰੀਰਕ ਪੱਠਿਆਂ ਨੂੰ ਨਿਸਲ ਰਹਿਣ ਦੀ ਦੁਬਾਰਾ ਤਾਲੀਮ ਦਿੰਨੇ ਆ ਜਿਵੇਂ ਜਿਵੇਂ ਇਹ ਤਾਲੀਮ ਵੱਧਦੀ ਜਾਂਦੀ ਹੈ ਓਵੇਂ ਤੇਵੇਂ ਖਿਚਾਓ ਵਿੱਚ ਰਹਿਣ ਦੀ ਪੁਰਾਣੀ ਆਦਤ ਘਟਦੀ ਜਾਂਦੀ ਹੈ ਨਿਸਲ ਹੋਣ ਸਮੇਂ ਕੀ ਕੀ ਰੁਕਾਵਟਾਂ ਆਉਣਗੀਆਂ ਸ਼ੁਰੂ ਸ਼ੁਰੂ ਚ ਜਦੋਂ ਤੁਸੀਂ ਨਿਸਲ ਹੁੰਦਾ ਅਭਿਆਸ ਕਰੋਗੇ ਤੁਸੀਂ ਵੇਖੋਗੇ ਤੁਹਾਡਾ ਧਿਆਨ ਸਰੀਰ ਦੇ ਉਹ ਸੰਗ ਵੱਲ ਪੂਰੀ ਤਰ੍ਹਾਂ ਨਹੀਂ ਟਿਕਦਾ ਜੇ ਸੰਗ ਨੂੰ ਤੁਸੀਂ ਨਿਸਲ ਕਰਨਾ ਚਾਹੁੰਦੇ ਹੋ ਇਸ ਗੱਲ ਦੀ ਤੁਸੀਂ ਕੋਈ ਚਿੰਤਾ ਨਹੀਂ ਕਰਨੀ ਤੇ ਨਾ ਹੀ ਇਹ ਤੋਂ ਘਬਰਾਉਣਾ ਕਿ ਤੁਹਾਡਾ ਧਿਆਨ ਦੂਜੇ ਪਾਸੇ ਵੱਲ ਜਾਏ ਹੁਣ ਮੁਰ ਉਹ ਸੰਗ ਵਾਲ ਲਿਆਓ ਜਿਹਨੂੰ ਕਿ ਤੁਸੀਂ ਨਿਸਲ ਕਰ ਰਹੇ ਹੋ ਇਹ ਤੋਂ ਸਾਡਾ ਭਾਵੇਂ ਹੈ ਕਿ ਤੁਹਾਡਾ ਧਿਆਨ ਮੁੜ ਮੁੜ ਕੇ ਇੱਧਰ ਉੱਧਰ ਜਾਏਗਾ ਪਰ ਤੁਸਾਂ ਨੇ ਮੁੜ ਮੁੜ ਕੇ ਉਹਨੂੰ ਵਾਪਸ ਆਪਣੇ ਟਿਕਾਣੇ ਲਿਆਉਣਾ ਹੈ ਜਿਹੜਾ ਵੀ ਇਹ ਅਭਿਆਸ ਕਰਦਾ ਹੈ ਸ਼ੁਰੂ ਸ਼ੁਰੂ ਚ ਉਹਦੇ ਰਸਤੇ 'ਚ ਇਹ ਰੁਕਾਵਟ ਆਉਂਦੀ ਹੈ ਇਸ ਤੋਂ ਤੁਸੀਂ ਇਹ ਨਹੀਂ ਸਮਝਣਾ ਕਿ ਤੁਹਾਡਾ ਧਿਆਨ ਜੋ ਇੱਕ ਥਾਂ ਤੇ ਨਹੀਂ ਟਿਕਦਾ ਉਹਦੀ ਵਜ੍ਹਾ ਕੋਈ ਦਿਮਾਗੀ ਜਾਂ ਕਿਸੇ ਹੋਰ ਕਿਸਮ ਦੀ ਕਮਜ਼ੋਰੀ ਹੈ दिमागी कमजोरी ਦਾ ਇਸ ਨਾਲ ਕੋਈ ਸੰਬੰਧ ਨਹੀਂ ਲੇਖਕ ਨੂੰ ਖੁਦੇ ਸੌਕਰ ਦਾ ਕਈ ਵਾਰ ਸਾਹਮਣਾ ਕਰਨਾ ਪਿਆ ਉਦਾਹਰਨ 10 ਅਕਤੂਬਰ 1965 ਦੀ ਗੱਲ ਹੈ ਲੇਖਕ ਰਾਤ ਨੂੰ ਸੌਣ ਤੋਂ ਪਹਿਲਾਂ ਨਿਸਲਤਾ ਦਾ ਅਭਿਆਸ ਕਰ ਰਿਹਾ ਸੀ ਇਹ ਤੋਂ ਕੁਝ ਸਮਾਂ ਪਹਿਲਾਂ ਲੇਖਕ ਨੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦਾ ਵਿਦੇਰੀ ਅਨਾਜ ਪੈਦਾ ਕਰੂ ਬਾਰੇ ਰੇਡੀਓ ਤੇ ਭਾਸ਼ਣ ਸੁਣਿਆ ਇਸ ਭਾਸ਼ਣ ਚ ਲਾਲ ਬਹਾਦਰ ਸ਼ਾਸਤਰੀ ਜੀ ਨੇ ਕਿਹਾ ਸੀ ਕਿ ਸਾਨੂੰ ਅਨਾਜ ਦੇ ਸਬੰਧ ਚ ਅਮਰੀਕਾ ਤੇ ਹੋਰ ਬਾਹਰੀ ਦੇਸ਼ਾਂ ਦੇ ਸਹਾਰੇ ਨਹੀਂ ਰਹਿਣਾ ਚਾਹੀਦਾ ਅਨਾਜ ਬਾਰੇ ਸਾਨੂੰ ਆਪਣੇ ਪੈਰਾਂ ਤੇ ਆਪ ਖਲੋਣਾ ਚਾਹੀਦਾ ਜਦੋਂ ਲੇਖਕ ਬਿਸਤਰੇ ਤੇ ਪਿਆ ਆਪਣੀਆਂ ਬਾਹਾਂ ਨੂੰ ਨਿਸਲ ਕਰ ਰਿਹਾ ਸੀ ਤੇ ਉਹਦਾ ਮਨ ਆਪਣੀਆਂ ਬਾਹਾਂ ਤੋਂ ਉੱਠ ਕੇ ਅਮਰੀਕਾ ਤੇ ਅਨਾਜ ਵੱਲ ਜਾਣਾ ਸ਼ੁਰੂ ਹੋ ਗਿਆ ਲੇਖਕ ਦੇ ਮਨ 'ਚ ਖਿਆਲ ਜ਼ੋਰ ਜ਼ੋਰ ਪਕੜ ਗਿਆ ਕਿ ਜੇ ਅਮਰੀਕਾ ਨੇ ਭਾਰਤ ਨੂੰ ਕਣਕ ਦੇਣੀ ਬੰਦ ਕਰਤੀ ਤਾਂ ਦੇਸ਼ ਚੰਨ ਸੰਕਟ ਹੋ ਜਾਏਗਾ ਇਸ ਨਾਲ ਦੇਸ਼ ਵਾਸੀਆਂ ਨੂੰ ਬਹੁਤ ਤਕਲੀਫ ਹੋਏਗੀ ਫਿਰ ਲੇਖਕ ਦੇ ਮਨ 'ਚ ਖਿਆਲ ਆਉਣੇ ਸ਼ੁਰੂ ਹੋ ਗਏ ਕਿ ਰੂਸ ਭਾਰਤ ਦਾ ਮਿੱਤਰ ਦੇਸ਼ ਹੈ ਇਸ ਲਈ ਉਹ ਸਾਡੀ ਅਨਸੰਕਟ ਸਮੇਂ ਜ਼ਰੂਰ ਸਹਾਇਤਾ ਕਰੇਗਾ ਫਿਰ ਵਿਚਾਰ ਆਇਆ ਕਿ ਜੇ ਰੂਸ ਸਾਡਾ ਮਿੱਤਰ ਦੇਸ਼ ਹੈ ਤੇ ਉਹ ਸਾਨੂੰ ਅਨਾਜ ਦੇ ਕਿਉਂ ਨਹੀਂ ਰਿਹਾ ਉਹਨੂੰ ਚਾਹੀਦਾ ਹੈ ਕਿ ਉਹ ਭਾਰਤ ਨੂੰ ਜਲਦੀ ਤੋਂ ਜਲਦੀ ਵੱਧ ਤੋਂ ਵੱਧ ਅਨਾਜ ਦੇਵੇ ਜਦ ਲੇਖਕ ਨੇ ਅਨੁਭਵ ਕੀਤਾ ਕਿ ਉਹਦਾ ਮਨ ਪੂਰੀ ਤਰ੍ਹਾਂ ਨਿਸਲਤਾ ਵਾਲੀ ਕਾਗਰ ਨਹੀਂ ਹੋ ਰਿਹਾ ਉਹਨੇ ਆਪਣੇ ਆਪ ਨੂੰ ਕਿਹਾ ਡਾਕਟਰ ਮਰਵਾ ਅਮਰੀਕਾ ਤੇ ਰੂਸ ਵੱਲੋਂ ਭਾਰਤ ਨੂੰ ਅਨਾਜ ਦੀ ਸਪਲਾਈ ਦਾ ਕੰਮ ਬੰਦ ਕਰੋ ਇਹ ਵਕਤ ਸੌਣ ਦਾ ਨਿਸਲ ਹੋਵੋ ਤੇ ਸੌ ਜਾਓ ਇਹਨਾਂ ਸ਼ਬਦਾਂ ਨੂੰ ਕੁਝ ਵਾਰੀ ਦੁਹਰਾਉਣ ਨਾਲ ਲੇਖਕ ਦਾ ਸਰੀਰ ਨਿਸਲ ਹੋਣਾ ਸ਼ੁਰੂ ਹੋ ਗਿਆ ਤੇ ਉਹ ਸੌ ਗਿਆ ਇਸੇ ਤਰ੍ਹਾਂ ਤੁਹਾਡਾ ਮਨ ਵੀ ਨਿਸਲ ਹੋਣ ਵੇਲੇ ਕਦੇ ਕਾਰੋਬਾਰ ਕਦੇ ਬੱਚਿਆਂ ਕਦੇ ਹਾਊਸਵੈ ਕਦੇ ਪ੍ਰਾਪਰਟੀ ਟੈਕਸ ਇਨਕਮ ਟੈਕਸ ਕਦੇ ਆਪਣੀ ਘਰ ਵਾਲੀ ਦੀ ਬਿਮਾਰੀ ਵੱਲ ਜਾਏਗਾ ਪਰ ਤੁਸੀਂ ਮੁੜ ਮੁੜ ਕੇ ਸੂਝ-ਬੂਝ ਨਾਲ ਚੇਤਨ ਹੋ ਕੇ ਕੌਨਸ਼ੀਅਸਲੀ ਇਹਨੂੰ ਆਪਣੇ ਟਿਕਾਣੇ ਤੇ ਲਿਆਉਣਾ ਹੈ ਕੁਝ ਸਮੇਂ ਦੇ ਅਭਿਆਸ ਵਿੱਚ ਹੀ ਆਪਣੇ ਟਿਕਾਣੇ ਰਹਿਣਾ ਸਿੱਖ ਜਾਏਗਾ ਸੰਖੇਪ ਸ਼ਬਦਾਂ ਵਿੱਚ ਇਸ ਤੋਂ ਸਾਡਾ ਭਾਵ ਇਹ ਹੈ ਕਿ ਆਪਣਾ ਆਪਣਾ ਮਨ ਆਪਣੇ ਸਰੀਰ ਨੂੰ ਟਿਲਾ ਛੱਡ ਵੱਲ ਲਾਈ ਰੱਖ ਕੁਝ ਸਮੇਂ ਲਈ ਲਗਾਤਾਰ ਇੰਜ ਕਰਨ ਪਿੱਛੋਂ ਤੁਸੀਂ ਜਿਸ ਸੰਗ ਨੂੰ ਵੀ ਨਿਸਲ ਕਰਨਾ ਉਸ ਵੱਲ ਆਪਣੀ ਬਿਰਤੀ ਜਾ ਧਿਆਨ ਟਿਕਾਉਣਾ ਹੈ ਸਿੱਖ ਜਾਓਗੇ ਯਾਦ ਰੱਖੋ ਇਹ ਕੰਮ ਕੋਈ ਖਾਸ ਔਖਾ ਨਹੀਂ ਕੇਵਲ ਕੁਝ ਸਮੇਂ ਲਈ ਬਾਕਾਇਦਾ ਅਭਿਆਸ ਕਰਨ ਦੀ ਲੋੜ ਹੈ ਦੋਸਤੋ ਤੇ ਮਿੱਤਰੋ ਨਿਸਲਤਾ ਦੀ ਸਫਲਤਾ ਦਾ ਮੂਲ ਕੋਈ ਰੁਪਿਆ ਪੈਸਾ ਨਹੀਂ ਕੇਵਲ ਵਕਾਇਦਾ ਤੇ ਲਗਾਤਾਰ ਅਭਿਆਸ ਹੈ ਜੋ ਕੁਝ ਅਸੀਂ ਉੱਪਰ ਲਿਖਿਆ ਹੈ ਸ਼ਾਇਦ ਤੁਹਾਨੂੰ ਮਖੌਲ ਲਿਕਨੋਖੀ ਜੀ ਗੱਲ ਜਪੇ ਪਰ ਹੈ ਹੀ ਇੱਕ ਅਸਲੀਅਤ ਇਸ ਅਸਲੀਅਤ ਦਾ ਟੱਕਰਾ ਕਰਨ ਲਈ ਤੁਹਾਨੂੰ ਤਿਆਰ ਰਹਿਣਾ ਚਾਹੀਦਾ ਹੈ ਇਹਦੇ ਅਭਿਆਸ ਸਮੇਂ ਕੋਈ ਹੋਰ ਛੋਟੀਆਂ-ਛੋਟੀਆਂ ਮੁਸ਼ਕਲਾਂ ਤੁਹਾਡੇ ਰਸਤੇ ਚਉਣਗੀਆਂ ਪਰ ਯਕੀਨ ਜਾਨੋ ਤੁਹਾਡੀ ਦ੍ਰਿੜਤਾ ਤੇ ਤੁਹਾਡਾ ਵਿਸ਼ਵਾਸ ਇਨਨ ਸਭ ਤੇ ਕਾਬੂ ਪਾ ਲਿਆ। ਧੰਨਵਾਦ।